ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰਿਆਨਟਰ ਗੁਰ ਜਤਿੰਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੇ ਲ ਯੂ ਐਸ ਏ ਟੀ ਵੀ ਤੇ ਮੈਸਰਪੇ ਖਬਰਾਂ ਦੇ ਸਪਲਟਨ ਜ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੇਸ਼ਾਨ ਜੀ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਏ ਵੀ 3 ਵੀਜ਼ਾ ਮੰਗ ਕਰਨ ਗ੍ਰੀਨ ਕਾਰਡ ਦਾ ਇੰਤਜ਼ਾਰ ਵਧਿਆ ਜਾਨੋ ਪਾਰਤਿਆ ਤੇ ਕੀ ਪਵੇਗਾ ਸਰ ਵੈਨੇਜ਼ੁਏਲਾ ਚ ਮੁੜ ਚੋਣ ਦੇ ਹੱਕ ਚ ਹਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਉਹ ਭਿਆਨਕ ਰਾਸ਼ਟਰਪਤੀ ਹੋਵੇਗੀ ਡੋਨਲਡ ਟਰੰਪ ਨੇ ਕਿਹਾ ਕਮਲਾ ਹੈਰਿਸ ਲਈ ਮੈਨੂੰ ਕੋਈ ਸਨਮਾਨ ਨਹੀਂ ਕੈਨੇਡਾ ਦੇ ਵਿਗਰੇਸ਼ਨ ਮੰਤਰੀ ਨੂੰ ਚੜ ਗਿਆ ਗੁੱਸਾ ਯੂਐਨਓ ਵੱਲੋਂ ਕੈਨੇਡਾ ਚ ਪ੍ਰਵਾਸੀ ਕਾਮਿਆਂ ਦੀ ਮਾੜੀ ਹਾਲਤ ਸੁਧਾਰਨ ਦੇ ਲਈ ਸੁਝਾਅ ਬੰਗਲਾਦੇਸ਼ ਨੂੰ ਲੈ ਕੇ ਭਾਰਤ ਦੇ ਸੰਪਰਕ ਚ ਹੈ ਅਮਰੀਕਾ ਉਹਨੇ ਨਾ ਖਬਰਾਂ ਦਾ ਵਿਸਥਾਰ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੇ ਸਤੰਬਰ ਮਹੀਨੇ ਲਈ ਵੀਜ਼ਾ ਬੁਲੇਟਿਨ ਜਾਰੀ ਕੀਤਾ ਹੈ ਇਸ ਤੋਂ ਪਤਾ ਚੱਲਿਆ ਹੈ ਕਿ EB3 ਵੀਜ਼ਾ ਸ਼੍ਰੇਣੀ ਲਈ ਕਾਫੀ ਮੁਕਾਬਲਾ ਹੈ ਅਤੇ ਜਿੰਨੇ ਵੀਜ਼ਾ ਉਪਲਬਧ ਹਨ ਉਸ ਨਾਲੋਂ ਕਿਤੇ ਵੱਧ ਜ਼ਿਆਦਾ ਅਰਜ਼ੀਆਂ ਆਈਆਂ ਹਨ ਇਸ ਕਾਰਨ ਗ੍ਰੀਨ ਕਾਰਡ ਦਾ ਇੰਤਜ਼ਾਰ ਵੱਧ ਗਿਆ ਹੈ EB3 ਵੀਜ਼ਾ ਹੁਨਰਮੰਦ ਕਾਮਿਆਂ ਪੇਸ਼ੇਵਰਾਂ अतिश्यकत राज अमेरिका ਵਿੱਚ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਹੋਰ ਕਾਮਿਆਂ ਲਈ ਇੱਕ ਰੋਜ਼ਗਾਰ ਅਧਾਰਿਤ ਪ੍ਰਵਾਸੀ ਵੀਜ਼ਾ ਸ਼੍ਰੇਣੀ ਹੈ ਮੈਕਸੀਕੋ ਅਤੇ ਫਿਲੀਪੀਨਸ ਸਮੇਤ ਜ਼ਿਆਦਾਤਰ ਦੇਸ਼ਾਂ ਨੂੰ EB-3 ਸ਼੍ਰੇਣੀ ਵਿੱਚ ਇੱਕ ਸਾਲ ਦੀ ਦੇਰੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਤਰਜੀਹੀ ਮਿਤੀ 1 ਦਸੰਬਰ 2020 ਤੱਕ ਖਿਸਕ ਗਈ ਹੈ ਇਸ ਦੇ ਉਲਟ ਭਾਰਤ ਅਤੇ ਚੀਨ ਦੇ ਇੱਕੋ ਵਰਗ ਦੇ ਬਿਨੇਕਾਰਾਂ ਨੂੰ ਅਜਿਹੀ ਕੋਈ ਸਮੱਸਿਆ ਨਹੀਂ ਆਵੇਗੀ ਭਾਰਤ ਅਤੇ ਚੀਨ ਨੇ ਵੀ ਕਰਮਵਾਰ ਫਰਵਰੀ 1 2022 ਅਤੇ 1 ਨਵੰਬਰ 2022 ਦੀਆਂ ਆਪਣੀਆਂ EB1 ਸ਼੍ਰੇਣੀ ਦੀਆਂ ਤਰਜੀਹੀ ਤਾਰੀਖਾਂ ਨੂੰ ਬਰਕਰਾਰ ਰੱਖਿਆ ਹੈ ਜਿਵੇਂ ਕਿ ਪਹਿਲਾਂ ਦੇਖਿਆ ਗਿਆ ਹੈ ਕਿ ਵੀਜ਼ਾ ਬੈਕਲੌਗ ਦਾ ਕਾਰਨ ਅਰਜ਼ੀਆਂ ਦੀ ਵੱਧਦੀ ਗਿਣਤੀ ਹੈ ਹਾਲਾਂਕਿ EB3 ਸ਼੍ਰੇਣੀ ਵਿੱਚ ਗ੍ਰੀਨ ਕਾਰਡ ਪ੍ਰਾਪਤ ਕਰਨ ਵਾਲਿਆਂ ਦੀ ਉਡੀਕ ਵੱਧ ਜਾਵੇਗੀ ਅਮਰੀਕਾ ਅਤੇ ਸਹਿਯੋਗੀ ਦੇਸ਼ਾਂ ਵੱਲੋਂ ਵੈਨੇਜ਼ੁਏਲਾ 'ਚ ਜਿੱਤ ਦੇ ਨਿਕੋਲਸ ਮਾਦੋਰੋ ਦੇ ਦਾਅਵੇ ਨੂੰ ਖਾਰਿਜ ਕੀਤੇ ਜਾਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਇਹ ਕਿਹਾ ਹੈ ਕਿ ਉਹ ਉੱਥੇ ਨਵੀਆਂ ਚੋਣਾਂ ਦਾ ਸਮਰਥਨ ਕਰਨਗੇ ਜਦੋਂ ਬਾਈਡਨ ਨੂੰ ਵਾਈਟ ਹਾਊਸ ਵਿਕੇ ਪੱਤਰਕਾਰਾਂ ਦੁਆਰਾ ਪੁੱਛਿਆ ਗਿਆ ਕਿ ਕੀ ਉਹ ਦੁਬਾਰਾ VOTING ਦਾ ਸਮਰਥਨ ਕਰਦੇ ਹਨ ਤਾਂ ਉਹਨਾਂ ਨੇ ਕਿਹਾ ਕਿ ਮੈਂ ਸਮਰਥਨ ਕਰਦਾ ਹਾਂ ਹਾਲਾਂਕਿ ਬਾਈਡਨ ਨੇ ਇਸ ਬਾਰੇ ਹੋਲ ਸਪੱਸ਼ਟ ਨਹੀਂ ਕੀਤਾ ਵਾਈਟ ਹਾਊਸ ਨੇ ਵੀ ਰਾਸ਼ਟਰਪਤੀ ਦੇ ਸੰਖੇਪ ਟਿੱਪਣੀ ਤੇ ਤੁਰੰਤ ਵਿਸਤ੍ਰਿਤ ਨਹੀਂ ਕੀਤਾ ਇਸ ਤੋਂ ਪਹਿਲਾਂ ਵੀਰਵਾ ਨੂੰ ਵੈਨੇਜ਼ੁਏਲਾ ਦੀ ਵਿਰੋਧੀ ਨੇਤਾ ਮਾਰੀਆ ਕੋਰੀਨਾ ਮਚਾਡੋ ਨੇ ਪਿਛਲੇ ਮਹੀਨੇ ਦੇ ਚੋ ਨਤੀਜੇ ਅਤੇ ਵਿਵਾਦ ਤੋਂ ਬਾਅਦ ਵੈਨੇਜ਼ੁਏਲਾ ਚ ਨਾ ਰਾਸ਼ਟਰਪਤੀ ਚੋਣਾ ਕਰਵੋਂ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਸੀ ਅਮਰੀਕੀ ਚੋਨ 2024 ਕਮਲਾ ਹੈਰਿਸ ਦੇ ਰਾਸ਼ਟਰਪਤੀ ਚੋਣ ਲੜਨ ਤੋਂ ਬਾਅਦ ਅਮਰੀਕੀ ਰਾਜਨੀਤੀ ਵਿੱਚ ਹਲਚਲ ਮਚੀ ਹੋਈ ਹੈ ਇਸ ਦੇ ਨਾਲ ਹੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਸਖਤ ਚੁਣੌਤੀ ਦਾ ਸਾਹਮਣਾ ਕਰਨ ਤੋਂ ਬਾਅਦ ਕਮਲਾ ਹੈਰਿਸ ਤੇ ਲਗਾਤਾਰ ਨਿਸ਼ਾਨਾ ਸਾਧ ਰਹੇ ਹਨ ਉਹਨਾਂ ਨੇ ਅੱਜ ਕਿਹਾ ਕਿ ਹੈਰਿਸ ਨਿਜੀ ਹਮਲਿਆਂ ਦਾ ਹੱਕਦਾਰ ਹੈ ट्रंप ने कहा कि जितों तक निजी हमलों की गल है मैं उन्होंने तो बहुत नाराज़ हाँ क्योंकि उन्होंने देश नाल जो किया है वह गलत है उन्होंने भी कहा कि कमला हैरिस ने देश ले चंगा काम नहीं किया ट्रंप ने कहा कि मैं कमला हैरिस का जा, ज़्यादा सम्मान नहीं करता ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਮੇਰੇ ਕੋਲ ਕਮਲਾ ਹੈਰਿਸ ਦੀ ਬੁੱਧੀ ਤੇ ਸਵਾਲ ਹਨ ਅਤੇ ਮੈਨੂੰ ਲੱਗਦਾ ਹੈ ਕਿ ਉਹ ਭਿਆਨਕ ਰਾਸ਼ਟਰਪਤੀ ਹੋਵੇਗੀ ਉਦੋਂ ਸਾਬਕਾ ਵਿਰੋਧੀ ਨਿੱਕੀ ਹੈਲੀ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਬਾਰੇ ਪੁੱਛੇ ਜਾਣ ਤੇ ਜਿਸ ਵਿੱਚ ਉਨ੍ਹਾਂ ਨੇ ਸੁਝਾਅ ਦਿੱਤਾ ਸੀ ਕਿ ਟਰੰਪ ਦੀ ਮੁਹਿੰਮ ਨੂੰ ਦਿਸ਼ਾ ਬਦਲਨੀ ਚਾਹੀਦੀ ਹੈ ਇਸ ਤੇ ਟਰੰਪ ਨੇ ਕਿਹਾ ਕਿ ਉਹ ਆਪਣੀ ਮੁਹਿੰਮ ਨੂੰ ਆਪਣੇ ਅੰਦਾਜ਼ 'ਚ ਚਲਾਉਣਗੇ ਕੈਨੇਡਾ ਵਿੱਚ ਆਰ ਜੀ ਵਿਦੇਸ਼ੀ ਕਾਮਿਆਂ ਨੂੰ ਗੁਲਾਮ ਬਣਾਏ ਜਾਣ ਦੇ ਦੋਸ਼ਾਂ ਤੋਂ ਇਮੀਗ੍ਰੇਸ਼ਨ ਮੰਤਰੀ ਮਾਕ ਮਿਲਰ ਪੜਕੁੱਟੇ ਹਨ ਅਤੇ ਦਾਵਾ ਕੀਤਾ ਹੈ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਵਿੱਚ ਕੋਈ ਵੱਡੀ ਕਮੀ ਨਹੀਂ ਪਰ ਫਿਰ ਵੀ ਇਸ ਵਿੱਚ ਸੁਧਾਰ ਕੀਤੇ ਜਾਣ ਦੀ ਜ਼ਰੂਰਤ ਹੈ ਸਯੁਕਤ ਰਾਸ਼ਟਰ ਦੀ ਰਿਪੋਰਟ ਬਾਰੇ ਟਿੱਪਣੀ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਗੁਲਾਮ ਸ਼ਬਦ ਦੀ ਵਰਤੋਂ ਬੇहद ਪੜਕਾਊ ਹੈ ਅਤੇ ਕੁਝ ਕੰਮ ਕਮੀਆਂ ਦੇ ਆਧਾਰ ਤੇ ਪੂਰੇ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ ਇਮੀਗ੍ਰੇਸ਼ਨ ਮੰਤਰੀ ਨੇ ਮੰਨਿਆ ਕਿ ਕੁਝ ਮਾਮਲਿਆਂ ਵਿੱਚ ਆਰਜੀ ਵਿਦੇਸ਼ੀ ਕਾਮੀਆਂ ਨਾਲ ਤੱਕੇਸ਼ਾਹੀ ਦੇ ਦੋਸ਼ਤ ਹੋ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਪੂਰੇ ਪ੍ਰੋਗਰਾਮ ਨੂੰ ਸਵਾਲਾ ਦਿੱਕੇ ਦੇ ਵਿੱਚ ਲੈਣਾ ਪੂਰੀ ਤਰ੍ਹਾਂ ਗੈਰਵਾਜਬ ਹੈ ਮਾਰਕ ਬਿੱਲਰ ਨੇ ਮੰਨਿਆ ਕਿ ਕਿਸੇ ਵੀ ਮੁਲਾਜ਼ਮ ਨਾਲ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਜੇ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਦੱਸ ਦਈਏ ਕਿ 2016 ਦੇ ਵਿੱਚ 15817 ਅਰਜੀ ਅਰਜੀ ਵਿਦੇਸ਼ੀ ਕਾਮੇ ਕੈਨੇਡਾ ਪੁੱਜੇ ਅਤੇ ਸਾਲ 2023 ਤੱਕ ਇਹ ਆંકੜਾ ਵਧ ਕੇ 83654 ਹੋ ਗਿਆ ਕਰੋਨਾ ਮਹਾਮਾਰੀ ਮਗਰੋਂ ਕਾਮਿਆਂ ਦੀ ਕਿੱਲਤ ਨੂੰ ਵੇਖਦੇ ਹਾਂ 2022 ਵਿੱਚ ਦਰਵਾਜ਼ੇ ਖੋਲ੍ਹ ਦਿੱਤੇ ਗਏ ਅਤੇ ਅਰਜੀ ਵਿਦੇਸ਼ੀ ਕਾਮਿਆਂ ਲਈ ਗਿਣਤੀ 2 16 ਦੇ ਮੁਕਾਬਲੇ 6 ਗੁਣਾ ਤੱਕ ਵੱਧ ਗਏ ਦੂਜੇ ਪਾਸੇ ਕੇਰਤ ਮੰਤ੍ਰਾਲੇ ਦੇ ਬੁਲਾਰੇ ਮੈਥਿਸ ਡੈਨਿਸ ਨੇ ਕਿਹਾ ਕਿ ਟੈਂਪਰੇਰੀ ਫੋਰਨ ਵਰਕ ਪ੍ਰੋਗਰਾਮ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਬਖਸ਼ਾ ਨਹੀਂ ਜਾਵੇਗਾ ਅਤੇ ਪਵਿਕ ਵਿੱਚ ਉਹਨਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਜਾ ਸਕਦੀਆਂ ਹਨ ਇਸੇ ਦੌਰਾਨ ਆਰਥਿਕ ਮਾਹਰ ਮਾਈਕ ਮੋਫਦਾ ਕਹਿਣਾ ਸੀ ਕਿ ਬਿਨਾਂ ਸ਼ੱਕ ਆਰਜੀ ਵਿਦੇਸ਼ੀ ਕਾਮਿਆ ਰਹੀ ਐਗਰੀਕਲਚਰ ਸੈਕਟਰ ਸਣੇ ਹੋਰ ਕਈ ਖੇਤਰ ਆਪਣੀ ਜ਼ਰੂਰਤਾਂ ਪੂਰੀਆਂ ਕਰ ਰਹੇ ਹਨ ਪਰ ਘਟ ਉਜਰਤ ਦਰਾਂ ਨੂੰ ਬਹੁਤ ਜ਼ਿਆਦਾ ਘਟਾਇਆ ਜਾ ਰਿਹਾ ਹੈ ਇੱਥੇ ਦੱਸਣਾ ਬੰਦ ਹੈ ਕਿ ਸਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਹੈਰਾਨਕੁਨ ਦਾਵਾ ਕੀਤਾ ਗਿਆ ਕਿ ਕੈਨੇਡਾ ਵਿੱਚ ਆਰਜੀ ਵਿਦੇਸ਼ੀ ਕਾਮਿਆਂ ਨੂੰ ਆਧੁਨਿਕ ਦੌਰ ਦਾ ਗੁਲਾਮ ਬਣਾਇਆ ਜਾ ਰਿਹਾ ਹੈ ਕੈਨੇਡਾ ਦੇ ਵਿੱਚ ਪ੍ਰਵਾਸੀ ਕਾਮਿਆਂ ਦੀ ਸਥਿਤੀ ਨੂੰ ਸੁਧਾਰਨ ਦੇ ਲਈ ਸੰਯੁਕਤ ਰਾਸ਼ਟਰ ਸਪੈਸ਼ਲ ਰਿਪੋਰਟਰ ਵੱਲੋਂ 2022 2 ਜੁਲਾਈ 2024 ਤੋਂ 22 ਪੰਨਿਆਂ ਦੀ ਰਿਪੋਰਟ ਕੈਨੇਡਾ ਸਰਕਾਰ ਲਈ ਲਿਖੀ ਗਈ ਸਿਫਾਰਸ਼ਾਂ ਕਹੀਆਂ ਗਈਆਂ ਹਨ ਜਿਸ ਵਿੱਚ ਪਹਿਲੀ ਸਿਫਾਰਸ਼ ਇਹ ਹੈ ਕਿ ਬੰਦ ਵਰਕ ਪਰਮਿਟ ਪ੍ਰਣਾਲੀ ਦੀ ਵਰਤੋਂ ਨੂੰ ਖਤਮ ਕਰਨਾ ਅਤੇ ਸਾਰੇ ਕਾਮਿਆਂ ਨੂੰ ਬਿਨਾਂ ਕਿਸੇ ਪਾਬੰਦੀ ਜਾਂ ਵਿਤਕਰੇ ਦੇ ਕਿਸੇ ਵੀ ਸੈਕਟਰ ਵਿੱਚ ਆਪਣੇ ਮਾਲਕਾਂ ਨੂੰ ਚੁਣਨ ਅਤੇ ਬਦਲਣ ਦਾ ਅਧਿਕਾਰ ਦੇਣਾ ਹੈ ਦੂਸਰਾ ਕਿ ਇਹ ਯਕੀਨੀ ਬਣਾਉਣਾ ਕਿ ਸਾਰੇ ਪ੍ਰਵਾਸੀ ਆਸੀ ਕਾਮਿਆ ਦੇ ਕੋਲ ਦੇਸ਼ ਵਿੱਚ ਆਉਣ ਦੇ ਸਮੇਂ ਤੋਂ ਹੀ ਸਥਾਈ ਨਿਵਾਸ ਲਈ ਇੱਕ ਸਪਸ਼ਟ ਰਸਤਾ ਹੈ ਅਤੇ ਉਸੰਗੀ ਫੰਡ ਪ੍ਰਾਪਤ ਬੰਦੋਬਸਤ ਸੇਵਾਵਾਂ ਅਤੇ ਬਿਨਾਂ ਕਿਸੇ ਭੇਤਪਾਵ ਦੇ ਹੋਰ ਜਨਤਕ ਸੇਵਾਵਾਂ ਤੋਂ ਲਾਭ ਲੈਣ ਦੇ ਯੋਗ ਹਨ ਉੱਧਰ ਉਹਨਾਂ ਨੇ ਕਾਮਿਆਂ ਨੂੰ ਨਿਯਮਤ ਕਰਨਾ ਜੋ ਰੁਤਬਾ ਗਵਾ ਚੁੱਕੇ ਹਨ ਖਾਸ ਤੌਰ ਤੇ ਉਹਨਾਂ ਕਾਮਿਆਂ ਨੂੰ ਜੋ ਸਮਕਾਲੀ ਗੁਲਾਮੀ ਦੇ ਸ਼ਿਕਾਰ ਹੋ ਗਏ ਹਨ ਤੀਸਰਾ ਕਿ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀਆਂ ਜ਼ਿੰਮੇਵਾਰੀਆਂ ਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਮਾਪਦੰਡਾ ਅਤੇ ਕਿਰਤ ਅਧਿਕਾਰ ਕਿਤਾ ਮੁਖੀ ਸਿਹਤ ਅਤੇ ਸੁਰੱਖਿਆ ਸੰਗੀਕਰਨ ਸਿਹਤ ਸੰਭਾਲ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਰਿਹائش ਬਾਰੇ ਸੂਬਾਈ ਅਤੇ ਖੇਤਰੀ ਮਾਪਦੰਡਾ ਨੂੰ ਬਿਨਾਂ ਕਿਸੇ ਵਿਤਕਰੇ ਦੇ ਲਾਗੂ ਕਰਨਾ ਹੈ ਪਰਵਾਸੀ ਮਜ਼ਦੂਰਾ ਦੇ ਅਧਿਕਾਰਾਂ ਅਤੇ ਸ਼ਰਤਾ ਦੀ ਪੂਰੀ ਨਿਗਰਾਨੀ ਦੇ ਨਾਲ ਇੱਕ ਸਿੰਗਲ ਤਾਲਮਿਲ ਸੰਸਥਾ ਨੂੰ ਲਾਜ਼ਮੀ ਬਣਾਉਣ ਜਾਂ ਬਣਾਉਣ ਦੁਆਰਾ ਅਤੇ ਇਹ ਯਕੀਨੀ ਬਣਾ ਕੇ ਕਿ ਸਾਰੇ ਸੰਗੀ ਸੂਬਾਈ ਖੇਤਰੀ ਅਤੇ ਮਿਊਨਿਸਪਲ ਸੈਕਟਰ ਨਿਯਮਿਤ ਤੌਰ ਤੇ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੰਜੀਦਾ ਅਤੇ ਸਵੇਦਨਸ਼ੀਲ ਹੋਣ ਦੁਆਰਾ ਅੰਤਰ ਅਧਿਕਾਰਕ ਅਨਗਹਿਲੀ ਨੂੰ ਖਤਮ ਕਰਨਾ ਉਸ ਤੋਂ ਅਗਲਾ ਕਿ ਨੈਸ਼ਨਲ ਹਾਊਸਿੰਗ ਸਟ੍ਰੈਟਜੀ ਐਕਟ ਦੇ ਅਨੁਸਾਰ ਬਿਨਾਂ ਭੇਦਭਾਵ ਦੇ ਟੁਕਮੇ ਮਕਾਨਾਂ ਤੱਕ ਬਰਾਬਰ ਪਹੁੰਚ ਪ੍ਰਦਾਨ ਕਰਨਾ ਕੈਨੇਡਾ ਸਰਕਾਰ ਇਹ ਯਕੀਨੀ ਬਣਾਉਣ ਦੀ ਸਿਫਾਰਿਸ਼ ਕਰਦੀ ਹੈ ਕਿ ਸਾਰੇ ਪ੍ਰਵਾਸੀ ਕਾਮਿਆਂ ਨੂੰ ਬਿਨਾਂ ਕਿਸੇ ਭੇਦਭਾਵ ਜਾਂ ਅੰਤਰ ਅਧਿਕਾਰਿਤ ਅਸਮਾਨਤਾਵਾਂ ਦੇ ਆਪਣੇ ਆਉਣ ਦੇ ਸਮੇਂ ਤੋਂ ਸਿਹਤ ਦੇਖਰੇਖ ਤੱਕ ਬਰਾਬਰ ਪਹੁੰਚ ਹੋਵੇ ਜਿਸ ਵਿੱਚ ਇਹ ਸਭ ਕੁਝ ਵੀ ਸ਼ਾਮਲ ਹੈ ਜਿਵੇਂ ਕਿ ਨੀਜਾ ਨੀਜੀ ਬੀਮਾ ਪ੍ਰਦਾਨ ਕਰਨ ਲਈ ਰੋਜ਼ਗਾਰ ਰੋਜ਼ਗਾਰਦਾਤਾਵਾਂ ਤੇ ਭਰੋਸਾ ਕਰਨ ਦੀ ਬਜਾਏ ਸੂਬਾਈ ਅਤੇ ਖੇਤਰੀ ਕਵਰੇਜ ਲਈ ਉਡੀਕ ਸਮੇਂ ਵਿੱਚ ਸੰਗੀ ਸਿਹਤ ਕਵਰੇਜ ਨੂੰ ਵਧਾਉਣਾ ਤੇ ਦੂਸਰਾ ਕੀ ਪਰਵਾਸੀ ਕਾਮਿਆਂ ਲਈ ਸਿਹਤ ਦੇਖਰੇਖ ਵਿੱਚ ਰੁਕਾਵਟਾਂ ਨੂੰ ਦੂਰ ਕਰਨਾ ਜਿਸ ਵਿੱਚ ਆਵਾਜਾਈ ਦੀ ਕਾਰਟ ਅਤੇ ਡਾਕਟਰੀ ਵਿਆਖਿਆ ਸ਼ਾਮਲ ਹੈ। ਸਿਫਾਰਿਸ਼ ਇਹ ਕਰਦੀ ਹੈ ਕਿ ਕੈਨੇਡਾ ਸਰਕਾਰ ਇਹ ਯਕੀਨੀ ਬਣਾਵੇ ਕਿ ਸਾਰੇ ਪ੍ਰਵਾਸੀ ਕਾਮੇ ਦੁਰਵਿਵਹਾਰ ਦੀ ਪ੍ਰਭਾਵਸ਼ਾਲੀ ਢੰਗ ਨਾਲ ਰਿਪੋਰਟ ਕਰਨ ਅਤੇ ਸੁਰੱਖਿਆ ਪ੍ਰਾਪਤ ਕਰਨ ਦੇ ਯੋਗ ਹਨ ਜਿਸ ਵਿੱਚ ਸ਼ਾਮਲ ਹਨ ਕਿ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਅਧਿਕਾਰਾਂ ਅਤੇ ਅਧਿਕਾਰਾਂ ਬਾਰੇ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨਾ ਹੈ ਜਿਸ ਵਿੱਚ ਸ਼ਿਕਾਇਤ ਵਿਧੀ ਤੱਕ ਪਹੁੰਚ ਜਾਵੇ ਪਹੁੰਚਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਹਨਾਂ ਦੀ ਭਾਸ਼ਾਵਾਂ ਵਿੱਚ ਜੋ ਉਹ ਸਮਝਦੇ ਹਨ ਸਾਰੇ ਪ੍ਰਵਾਸੀਆਂ ਦੇ ਆਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਭਾਸ਼ਾ ਦੀ ਸਿੱਖਿਆ ਪ੍ਰਦਾਨ ਕਰਨਾ ਪ੍ਰਵਾਸੀ ਕਾਮਯਾਲੀ ਹਰ ਕਿਸਮ ਦੇ ਦੁਰਵਿਵਾਰ ਦੀ ਰਿਪੋਰਟ ਕਰਨ ਲਈ ਸੰਪਰਕ ਦਾ ਇੱਕ ਬਿੰਦੂ ਬਣਾਉਣਾ ਇਹ ਸਾਰੀਆਂ ਗੱਲਾਂ ਸਿਫਾਰਸ਼ਾਂ ਜਿਹੜੀਆਂ ਨੇ ਕੈਨੇਡਾ ਸਰਕਾਰ ਨੂੰ ਕੀਤੀਆਂ ਗਈਆਂ ਨੇ ਲੇਬਰ ਰਿਹਾਈਸ਼ ਅਤੇ ਸਿਹੇ ਸੰਭਾਲ ਦੇ ਮੁੱਦਿਆਂ ਦੇ ਸਬੰਧਤ ਕਾਮਯਾਲੀ ਕਮਜ਼ੋਰ ਕਾਮਿਆਂ ਲਈ ਖੁੱਲੇ ਵਰਕ ਪਰਮਿਟ ਪ੍ਰਾਪਤ ਕਰਨ ਲਈ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ ਅਤੇ ਪਰਮਿਟਾਂ ਨੂੰ ਹੋਰ ਆਸਾਨੀ ਨਾਲ ਨਿਵੋਣ ਯੋਗ ਬਣਾਉਣਾ ਹੈ ਇਕੰਤਰੀਮ ਉਪਾਅ ਜੋ ਬੰਦ ਵਰਗ ਪਰਮਿਟਾ ਤੋਂ ਉਹਨਾਂ ਦੇ ਪਰਿਵਰਤਨ ਨੂੰ ਲੰਬਿਤ ਕਰਨਾ ਹੈ ਸਪੈਸ਼ਲ ਰਿਪੋਰਟਰ ਸਿਫਾਰਿਸ਼ ਕਰਦਾ ਹੈ ਕਿ ਕੈਨੇਡਾ ਸਰਕਾਰ ਲੁਰੀਂਦੇ ਸਰੋਤਾ ਦੀ ਵੰਡ ਕਰੇ ਅਤੇ ਕੀਰਤ ਨਿਰਖਣ ਪ੍ਰਣਾਲੀ ਨੂੰ ਮਜ਼ਬੂਤ ਕਰੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਸ਼ਾਸਨ ਸਾਰੇ ਉਦਯੋਗਾਂ ਨੂੰ ਕਵਰ ਕਰਦਾ ਹੈ ਜਿਸ ਵਿੱਚ ਖਰੇਲੂ ਤੇ ਇਕਵਾਲ ਮਨੋਰੰਜਨ ਉਧਰ ਰੋਜ਼ਗਾਰਦਾਤਾਵਾਂ ਦੀਆਂ ਜ਼ਿੰਮੇਵਾਰੀਆਂ ਦੇ ਸਾਰੇ ਪਹਿਲੂ ਸ਼ਾਮਲ ਹਨ ਇੱਕ ਡਿਫਾਲਟ ਪਹੁੰਚ ਦੇ ਤੌਰ ਤੇ ਅਨਐਲਾਨਿਆ ਨਿਰਖਣਾਂ ਦੀ ਵਰਤੋਂ ਕਰਨਾ ਇਹ ਯਕੀਨੀਤ ਕਰਨਾ ਕਿ ਨਿਰਖਣ ਪ੍ਰਵਾਸੀ ਕਾਮਿਆ ਦੇ ਅਧਿਕਾਰਾਂ ਅਤੇ ਮਾਲਕਾਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਦੇ ਸਾਰੇ ਪਹਿਲੂਆਂ ਨੂੰ ਕਵਰ ਕਰਦਾ ਹੈ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਹਨਾਂ ਦਾ ਦੇਸ਼ ਬੰਗਲਾਦੇਸ਼ ਦੇ ਮੁੱਦੇ ਤੇ ਭਾਰਤ ਅਤੇ ਖੇਤਰ ਦੇ ਹੋਰ ਦੇਸ਼ਾਂ ਦੇ ਸੰਪਰਕ ਵਿੱਚ ਹੈ ਅਤੇ ਚਾਹੁੰਦਾ ਹੈ ਕਿ ਉੱਥੋਂ ਹੋ ਰਹੀ ਹਿੰਸਾ ਖਤਮ ਹੋ ਜਾਵੇ। ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵਿਦਾਤ ਪਟੇਲ ਨੇ ਆਪਣੀ ਰੋਜ਼ਾਨਾ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਅਸੀਂ ਬੰਗਲਾਦੇਸ਼ 'ਚ ਹਿੰਸਾ ਨੂੰ ਖਤਮ ਕਰਨ, ਕਾਨੂੰਨ ਦੇ ਸ਼ਾਸਨ ਲਈ ਜਵਾਬਦੇਹੀ ਯਕੀਨੀ ਬਣਾਉਣ ਦੇ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖ ਰਹੇ ਹਾਂ। ਉਹ ਸ਼ੇਖ ਹਸਿਨਾ ਸਰਕਾਰ ਨੂੰ ਬੇਦਖਲ ਕੀਤੇ ਜਾਣ ਮਗਰੋਂ ਬੰਗਲਾਦੇਸ਼ ਦੀ ਸਥਿਤੀ ਤੇ ਭਾਰਤ ਅਤੇ ਅਮਰੀਕਾ ਕਿ ਵਿਚਾਰੇ ਗੱਲਬਾਤ ਬਾਰੇ ਇੱਕ ਸਵਾਲ ਦਾ ਜਵਾਬ ਦੇ ਦੇ ਸਨ ਪਟੇਲ ਨੇ ਕਿਹਾ ਕਿ ਅਸੀਂ ਬੰਗਲਾਦੇਸ਼ ਦੇ ਹਾਲੀ ਦੇ ਘਟਨਾਕ੍ਰਮ ਤੇ ਚਰਚਾ ਕਰਨ ਲਈ ਆਪਣੀ ਭਾਰਤੀ ਭਾਈਵਾਲਾਂ ਦੇ ਨਾਲ-ਨਾਲ ਖੇਤਰ ਦੇ ਹੋਰ ਦੇਸ਼ਾਂ ਦੇ ਸੰਪਰਕ ਜਹਾਂ ਉਹਨਾਂ ਨੇ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਤੇ ਉਸ ਬਿਆਨ ਦਾ ਵੀ ਸਵਾਗਤ ਕੀਤਾ ਜਿਸ 'ਚ ਉਹਨਾਂ ਨੇ ਹਿੰਸਾ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਪਟੇਲ ਨੇ ਕਿਹਾ ਕਿ ਅਸੀਂ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਅਤੇ ਸੁਰੱਖਿਆ ਨੂੰ ਬਹਾਲ ਕਰਨ ਦੇ ਨਵੇਂ ਸਰਕਾਰਾਂ ਦੇ ਟੀਚਾ ਦਾ ਸਵਾਗਤ ਕਰਦੇ ਹਾਂ ਇਸ ਦੌਰਾਨ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਵਾਈਟ ਹਾਊਸ ਨੂੰ ਘੱਟ ਗਿਣਤੀ ਹਿੰਦੂਆ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਨਾਲ ਹੀ ਬੰਗਲਾਦੇਸ਼ ਵਿੱਚ ਭਾਈਚਾਰੇ ਨੂੰ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਗਈ ਹੈ ਰੂਸ ਵਿੱਚ ਭਾਰਤੀ ਦੂਤਕਾਰ ਨੇ ਆਪਣੇ ਨਾਗਰਿਕਾਂ ਨੂੰ ਰੂਸ ਦੇ ਕੁਝ ਖੇਤਰ ਛੱਡਣ ਲਈ ਕਿਹਾ ਹੈ ਭਾਰਤੀ ਦੂਤਕਾਰ ਨੇ ਤਿੰਨ ਖੇਤਰ ਬ੍ਰਾਇਨਸਕ ਬੇਲਗੋਰੋਡ ਅਤੇ ਕੁਰਸਕ ਨੂੰ ਖਾਲੀ ਕਰਨ ਲਈ ਕਿਹਾ ਹੈ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਭਾਰਤੀ ਦੂਤਕਰ ਨੇ ਕਿਹਾ ਕਿ ਬ੍ਰਾਇਨਸਕ ਬੇਲਗੋਰੋਡ ਅਤੇ ਕੁਰਸ਼ਕ ਖੇਤਰ ਵਿੱਚ ਫਸਦੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਖੇਤਰਾਂ ਵਿੱਚ ਹਾਲੀ ਦੀਆਂ ਘਟਨਾਵਾਂ ਨੂੰ ਲੈ ਕੇ ਚੌਕਸ ਰਹਿਣ ਅਤੇ ਇਨ੍ਹਾਂ ਖੇਤਰਾਂ ਨੂੰ ਅਸਥਾਈ ਤੌਰ ਤੇ ਖਾਲੀ ਕਰਕੇ ਕਿਤੇ ਹੋਰ ਚਲੇ ਜਾਣ ਟਰਾਂਸਫਰ ਹੋਣ ਦੇ ਲਈ ਕੋਈ ਵੀ ਭਾਰਤੀ ਵਿਦਿਆਰਥੀ ਇਸ ਈਮੇਲ ਆਈਡੀ ਯਾਨੀ ਕਿ ਇੱਕ ਈਮੇਲ ਆਈਡੀ ਅਤੇ ਫੋਨ ਨੰਬਰ ਦਿੱਤਾ ਗਿਆ ਹੈ ਉੱਤੇ ਸੰਪਰਕ ਕਰਨ ਨੂੰ ਕਿਹਾ ਗਿਆ ਹੈ ਕੈਨੇਡਾ ਦੇ ਵਿੱਚ ਰੋਟੀ ਲਈ ਜੂਝ ਰਹੇ ਲੋਕਾਂ ਦੀ ਮਿਸਾਲ ਸਰੀ ਸ਼ਹਿਰ ਵਿੱਚ ਸਾਹਮਣੇ ਆਈ ਜਿੱਥੇ ਫੂਡ ਬੈਂਕ ਵਾਸਤੇ ਮੰਗ ਪੂਰੀ ਕਰਨੀ ਮੁਸ਼ਕਲ ਹੋ ਰਹੀ ਹੈ। ਹਤੇਕ ਵਾਰ ਗਰੋਸਰੀ ਲੈ ਜਾਣ ਵਾਲਿਆਂ ਨੂੰ ਘੱਟੋ ਘੱਟ 2 ਹਫ਼ਤੇ ਵਾਪਸ ਨਾ ਆਉਣ ਦੀ ਹਦਾਇਤ ਵੀ ਦਿੱਤੀ ਜਾ ਰਹੀ ਹੈ। ਫੂਡ ਬੈਂਕ ਦੇ ਪ੍ਰਬੰਧਕ ਮੁਤਾਬਕ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਮੰਗ ਪਿਛਲੇ 2 ਸਾਲ ਵਿੱਚ 50% ਦੀ ਵਧ ਗਈ ਹੈ। ਸਰੀ ਫੂਡ ਬੈਂਕ ਦੀ ਕਾਰਜਕਾਰੀ ਡਾਇਰੈਕਟਰ ਕਿਮ ਸੇਵਜ਼ ਨੇ ਕਿਹਾ ਹੈ ਕਿ ਇਸ ਵੇਲੇ ਲੋਕਾਂ ਦੀ ਜ਼ਰੂਰਤ ਹਰ ਪੱਖੋਂ ਮੁਕੰਮਲ ਕਰਨੀ ਮੁਸ਼ਕਲ ਹੋ ਰਹੀ ਹੈ। ਅਸਰ ਵਿੱਚ ਦਾਨ ਸੇ ਸੱਜਣਾ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਸਗੋ ਫੂਡ ਬੈਂਕ ਦੇ ਨਿਰਭਰ ਲੋਕਾਂ ਦੀ ਗਿਣਤੀ ਵੱਧ ਚੁੱਕੀ ਹੈ ਹੁਣ ਦਾਨੀ ਸੱਜਣਾ ਦੀ ਗਿਣਤੀ ਵੀ ਵਧੇ ਤਾਂ ਲੋਕਾਂ ਦੀ ਮੰਗ ਪੂਰੀ ਕੀਤੀ ਜਾ ਸਕਦੀ ਹੈ ਉਹਨਾਂ ਨੇ ਦੱਸਿਆ ਕਿ ਪਿਛਲੇ ਸਾਲ 16000 ਤੋਂ 17000 ਲੋਕ ਹਰ ਮਹੀਨੇ ਫੂਡ ਬੈਂਕ ਆ ਰਹੇ ਸਨ ਪਰ ਇਸ ਵਾਰ ਪ੍ਰਤੀ ਮਹੀਨਾ ਆਂਕੜਾ 21000 ਤੱਕ ਪਹੁੰਚ ਚੁੱਕਿਆ ਹੈ ਸਭ ਤੋਂ ਜ਼ਿਆਦਾ ਜ਼ੋਰ ਦੁੱਧ, ਡੇਅਰ ਪ੍ਰੋਡਕਟ, ਅੰਡੇ ਅਤੇ ਹੋਰ ਤਾਜ਼ਾ ਚੀਜ਼ਾਂ ਮੁਹੱਈਆ ਕਰਵਾਉਂਦੇ ਦਿੱਤਾ ਜਾਂਦਾ ਹੈ। ਤਾਜ਼ਾ ਮੀਟ ਜਾਂ ਡੱਬਾ ਬੰਦ ਮੀਟ ਵੀ ਆਪਣੇ ਕਲਾਇੰਟਸ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ ਜੋ ਕਈ ਲੋਕ ਗ੍ਰੋਸਰੀ ਸਟੋਰ ਤੋਂ ਖਰੀਦ ਨਹੀਂ ਸਕਦੇ। ਕਿਮ ਸੇਜ਼ ਨੇ ਕਿਹਾ ਕਿ ਤਾਜ਼ਾ ਫਲ ਅਤੇ ਸਬਜ਼ੀਆਂ ਤੋਂ ਇਲਾਵਾ ਮੀਟ ਖਰੀਦਣ ਲਈ ਫੂਡ ਬੈਂਕ ਨੂੰ ਆਪਣੀ ਰਾਖਵੀਂ ਰਕਮ ਵਿੱਚੋਂ ਖਰਚ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਪਿਛਲੇ 6 ਸਾਲ ਤੋਂ ਫੂਡ ਬੈਂਕ ਨੂੰ ਵਰਤ ਰਹੀ ਅਮਾਂਡਾ ਨੇ ਕਿਹਾ ਕਿ ਆਮਦਨ ਘਟ ਹੋਣ ਕਾਰਨ ਆਪਣੇ ਦੋ ਬੱਚਿਆਂ ਨੂੰ ਪਾਲਣਾ ਬਹੁਤ ਮੁਸ਼ਕਲ ਹੈ। ਬੰਗਲਾਦੇਸ਼ ਦੀ ਅੰਤਰੀਮ ਸਰਕਾਰ ਨੇ ਅਮਰੀਕਾ, ਰੂਸ, ਸਾਊਦੀ ਅਰਬ, ਜਾਪਾਨ, ਜਰਮਨੀ, ਯੂਏਈ ਅਤੇ ਮਾਲਦੀਵਿਸ਼ ਤੇਨਾਤ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ। ਉਹਨਾਂ ਦੀ ਨਿਯੁਕਤੀ ਸ਼ੇਖ ਅਸੀਨਾ ਦੇ ਕਾਰਜਕਾਲ ਦੌਰਾਨ ਹੋਈ ਸੀ। ਬੰਗਲਾਦੇਸ਼ ਵਿੱਚ 8 ਅਗਸਤ ਨੂੰ ਅੰਤਰੀਮ ਸਰਕਾਰ ਦੇ ਗਠਨ ਤੋਂ ਬਾਅਦ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਫੇਰਬਦਲ ਹੋ ਰਹੇ ਹਨ। ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਤੇ 7 ਦੇਸ਼ਾਂ ਦੇ ਰਾਜਦੂਤਾਂ ਨੂੰ ਵਾਪਸ ਬੁਲਾਉਣ ਨਾਲ ਸਬੰਧਿਤ ਵਕ-ਵਕ ਨੋਟੀਫਿਕੇਸ਼ਨ ਵੀ ਜਾਰੀ ਕੀਤੇ ਗਏ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਰਾਜਦੂਤਾ ਅਤੇ ਹਾਈ ਕਮਿਸ਼ਨਰਾਂ ਦਾ ਡਾਕਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਉਸ ਨੂੰ ਆਪਣੀ ਮੌਜੂਦਾ ਜ਼ਿੰਮੇਵਾਰੀ ਛੱਡ ਕੇ ਡਾਕਾ ਪਰਤਨ ਦਾ ਹੁਕਮ ਦਿੱਤਾ ਗਿਆ ਹੈ ਹਾਈ ਕਮਿਸ਼ਨਰ ਅਤੇ ਰਾਜਦੂਤਾਂ ਤੋਂ ਇਲਾਵਾ ਵਾਸ਼ਿੰਗਟਨ ਵਿੱਚ ਕੌਂਸਲਰ ਵਹੀਦੂ ਜ਼ਮਾਨ ਨੂਰ ਅਤੇ ਕੌਂਸਲਰ ਆਰੀਫਾ ਰਹਿਮਾਨ ਰੂਮਾ ਓਟਵਾ ਕੈਨੇਡਾ ਵਿੱਚ ਕੌਂਸਲਰ ਮੋਬੂ ਸ਼ਵੀਰਾ ਫਰਜ਼ਾਨਾ ਅਤੇ ਨਿਊਯਾਰਕ ਵਿੱਚ ਸਕੱਤਰ ਅਹਿਮਦ ਉਦੀਨ ਨੂੰ ਵੀ ਕੌਂਸਲਰ ਅਤੇ ਸਕੱਤਰ ਵਾਪਸ ਬੁਲਾਇਆ ਗਿਆ ਹੈ ਰੱਦ ਕਰ ਦਿੱਤੇ ਗਏ ਹਨ ਇਹਨਾਂ ਦੇ ਇਹਨਾਂ ਪੰਜਾਂ ਨੂੰ 31 ਅਗਸਤ ਤੋਂ ਪਹਿਲਾਂ ਦੇਸ਼ ਬੁਲਾਇਆ ਗਿਆ ਹੈ ਬੰਗਾਲੀ ਅਖਬਾਰ ਡਾਕਾ ਟ੍ਰਿਬਿਊਨ ਮੁਤਾਬਿਕ ਮੁਤਾਬਿਕ ਸੰਯੁਕਤ ਰਾਸ਼ਟਰ ਦੀ ਟੀਮ ਅਗਲੇ ਹਫਤੇ ਬੰਗਲਾਦੇਸ਼ ਦਾ ਦੌਰਾ ਕਰੇਗੀ ਇਹ ਟੀਮ ਪ੍ਰਧਾਨ ਮੰਤਰੀ ਹਸੀਨਾ ਦੇ ਅਸਤੀਫੇ ਤੋਂ ਬਾਅਦ ਪਹਿਲਾਂ ਅਤੇ ਬਾਅਦ ਵਿੱਚ ਹੋਏ ਪ੍ਰਦਰਸ਼ਨਕਾਰੀਆਂ ਦੀਆਂ ਹੱਤਿਆਵਾਂ ਦੀ ਜਾਂਚ ਕਰੇਗੀ ਇੱਕ ਅਧਿਕਾਰੀ ਨੇ ਕਿਹਾ ਕਿ 1971 ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਸੰਯੁਕਤ ਰਾਸ਼ਟਰ ਦੀ ਟੀਮ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਜਾਂਚ ਲਈ ਪਹੁੰਚੇਗੀ ਖਰਾਬ ਮੌਸਮ ਦੀ ਚੇਤਾਵਨੀ ਕਾਰਨ 에어 ਇੰਡੀਆ ਨੇ ਨਵੀਂ ਦਿੱਲੀ ਤੋਂ ਜਾਪਾਨ ਦੇ ਨਰੀਤਾ ਹਵਾਈ ਅੱਡੇ ਤੇ ਜਾਣ ਵਾਲੀ ਆਪਣੀ ਉਡਾਨ ਰੱਦ ਕਰ ਦਿੱਤੀ ਹੈ ਕੰਪਨੀ ਨੇ ਕਿਹਾ ਕਿ 16 ਅਗਸਤ ਨੂੰ ਦਿੱਲੀ ਨਰੀਤਾ ਰੂਟ ਦੀਆਂ ਫਲਾਈਟਾਂ ਦੇ ਰੱਦ ਹੋਣ ਕਾਰਨ ਯਾਤਰੀਆਂ ਨੂੰ ਰਿਫੰਡ ਦੇ ਦਿੱਤਾ ਜਾਵੇਗਾ 에어 ਇੰਡੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਸੀ ਕੰਪਨੀ ਨੇ ਲਿਖਿਆ ਕਿ ਟੋਕੀਓ ਚ ਖਰਾਬ ਮੌਸਮ ਦੀ ਚੇਤਾਵਨੀ ਦੇ ਮੱਦੇਨਜ਼ਰ ਛੁਰਵਾਰ ਨੂੰ ਦਿੱਲੀ ਨਰੀਤਾ ਦਿੱਲੀ ਰੂਟ ਦੀਆਂ ਉਡਾਨਾਂ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਹਨ ਸਾਡੇ ਯਾਤਰੀਆਂ ਤੇ ਕਰੂ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਅਹਿਮ ਹੈ ਫਲਸਤੀਨੀ ਅਥਾਰਟੀ ਦੇ ਪ੍ਰਧਾਨ ਮੁਹੰਮਦ ਅਬਾਸ ਨੇ ਤੁਰਕੀ ਦੀ ਸੰਸਦ ਦੇ ਵਿਸ਼ੇ ਸੈਸ਼ਨ ਨੂੰ ਦੱਸਿਆ ਕਿ ਉਹ ਗਾਜ਼ਾ ਦੀ ਯਾਤਰਾ ਕਰਨਗੇ ਉਲਜ਼ਾ ਬਿਆਨ ਉਦੋਂ ਆਇਆ ਜਦੋਂ ਹਮਾਸ ਦੇ ਨਿਯੰਤਰਿਤ ਗਾਜ਼ਾ ਖੇਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਇਜ਼్రਾਈਲੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 40 ਹਜ਼ਾਰ ਤੋਂ ਵੱਧ ਹੋ ਗਈ ਹੈ ਅਬਾਸ ਨੇ ਤੁਰਕੀ ਦੀ ਸੰਸਦ ਨੂੰ ਦੱਸਿਆ ਕਿ ਮੈਂ ਫਲਸਤੀਨੀ ਲੀਡਰਸ਼ਿਪ ਦੇ ਹੋਰ ਪ੍ਰਵਾ ਨਾਲ ਗਾਜ਼ਾ ਜਾਣ ਦਾ ਫੈਸਲਾ ਕੀਤਾ ਹੈ ਉਸਨੇ ਕਿਹਾ ਕਿ ਮੈਂ ਕਿਸੇ ਵੀ ਕੀਮਤੇ ਜਾਵਾਂਗਾ ਭਾਵੇਂ ਇਸ ਦਾ ਮਤਲਬ ਮੇਰੀ ਜਾਨ ਹੀ ਕਿਉ ਨਾ ਜਾਵੇ ਸਾਡੀ ਜ਼ਿੰਦਗੀ ਕਿਸੇ ਇੱਕ ਬੱਚੇ ਦੀ ਜਾਨ ਤੋਂ ਵੱਧ ਕੀਮਤੀ ਨਹੀਂ ਹੈ ਅਬਾਸ ਵਾਸ ਮਾਸਕੋ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਤੋਂ ਬਾਅਦ ਤੁਰ ਕੀ ਗਏ। ਉਹਨਾਂ ਨੇ ਕਿਹਾ ਇਜ਼ਰਾਈਲੀ ਹਮਲਿਆ ਦੇ ਬਾਵਜੂਦ ਫਲਸਤੀਨੀ ਲੋਕ ਮਜ਼ਬੂਤੀ ਨਾਲ ਖੜੇ ਰਹਿਣਗੇ। ਗਾਜ਼ਾ ਪੂਰੀ ਤਰ੍ਹਾਂ ਸਾਡਾ ਹੈ। ਅਸੀਂ ਕਿਸੇ ਵੀ ਅਜਿਹੇ ਹੱਲ ਨੂੰ ਸਵੀਕਾਰ ਨਹੀਂ ਕਰਦੇ ਜੋ ਸਾਡੇ ਖੇਤਰ ਨੂੰ ਵੰਡਦਾ ਹੋਵੇ। ਉਸਨੇ ਵਾਅਦਾ ਕੀਤਾ ਕਿ ਗਾਜ਼ਾ ਤੋਂ ਬਿਨਾ ਕੋਈ ਫਲਸਤੀਨੀ ਰਾਜ ਨਹੀਂ ਹੋ ਸਕਦਾ। ਸਾਡੇ ਲੋਕ ਆਤਮ ਸਮਰਪਣ ਨਹੀਂ ਕਰਨਗੇ। ਅਬਾਸ ਫਤਾ ਫਲਸਤੀਨੀ ਅੰਦੋਲਨ ਦਾ ਮੁਖੀ ਹੈ ਜੋ ਹਮਾਸ ਦਾ ਵਿਰੋਧੀ ਹੈ। ਵਿਸ਼ਵ ਪਾਰ ਵਿੱਚ ਵਸਦੇ ਭਾਰਤੀਆਂ ਨੇ ਵੀਰਵਾਰ ਨੂੰ ਪੂਰੀ ਉਤਸ਼ਾਹ ਦੇ ਨਾਲ ਭਾਰਤ ਦਾ 78ਵਾਂ ਸੁਤੰਤਰਤਾ ਦਿਵਸ ਮਨਾਇਆ। ਚੀਨ ਦੀ ਰਾਜਧਾਨੀ ਬਿਜਿੰਗ ਚ ਭਾਰਤੀ ਰਾਜਦੂਤ ਪ੍ਰਦੀਪ ਕੁਮਾਰ ਨੇ ਦੂਤਕਾਰ ਕੰਪਲੈਕਸ ਚ ਆਯੋਜਿਤ ਇੱਕ ਸਮਾਗਮ ਚ ਤਿਰੰਗਾ ਲਹਿਰਾਇਆ ਜਿਸ ਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਹਿੱਸਾ ਲਿਆ ਪ੍ਰੋਗਰਾਮ ਦੇ ਵਿੱਚ ਰਾਜਦੂਤ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਰਾਸ਼ਟਰ ਦੇ ਨਾਮ ਸੰਦੇਸ਼ ਦੇ ਕੁਝ ਅੰਸ਼ ਵੀ ਪੜ੍ਹੇ ਭਾਰਤੀ ਦੂਤਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਕਿ ਸਤੰਤਰਤਾ ਦਿਵਸ ਤੇ ਜਸ਼ਨ ਭਾਰਤੀ ਸਭਿਆਚਾਰ ਦਾ ਇੱਕ ਜੀਵੰਤ ਪ੍ਰਤਿਬਿੰਬ ਦੇਖਣ ਨੂੰ ਮਿਲਿਆ विवाकर चौधरी अते मी जोाने ने अपने संगीत नाल श्रोतया दा मन मोह लिया प्यार नु ਪ੍ਰਭਾਸ਼ਿਤ ਕਰਨਾ ਓਖਾ ਹੈ ਪਿਆਰ ਇਨਸਾਨ ਨੂੰ ਕਦੇ ਵੀ ਗੰਭੀਰ ਅਤੇ ਕਦੇ ਸ਼ਰਾਰਤੀ ਬਣਾ ਦਿੰਦੇ ਮੈਟਾ ਦੇ ਅਰਬਪਤੀ ਕਾਰੋਬਾਰੀ ਮਾਰਕ ਜ਼ੁਕਰਬਰਗ ਨੇ ਵੀ ਸੋਸ਼ਲ ਮੀਡੀਆ ਤੇ ਅਜੇ ਹਾਈ ਇੱਕ ਤੂਫਾਨ ਖੜਾ ਕਰ ਦਿੱਤਾ ਹੈ। ਉਹਨਾਂ ਨੇ ਆਪਣੇ ਘਰ ਦੇ ਪਿੱਛੇ ਬਗੀਚੇ 'ਚ ਆਪਣੀ ਪਤਨੀ ਪ੍ਰਿਸੀਲਾ ਚੈਨ ਦਾ ਇੱਕ ਵੱਡਾ ਬੁੱਤ ਬਣਾਇਆ ਹੈ। ਮਾਰਕ ਨੇ ਇੰਸਟਾਗ੍ਰam ਤੇ ਆਪਣੇ ਬੁੱਤ ਕੋਲ ਖੜੀ ਪ੍ਰਿਸੀਲਾ ਦੀ ਇੱਕ ਫੋਟੋ ਅਤੇ ਵੀਡੀਓ ਨੂੰ ਵੀ ਸਾਂਝਾ ਕੀਤਾ। 40 ਸਾਲਾ ਦੇ ਫੇਸਬੁੱਕ ਦੇ ਸੀਈਓ ਨੇ ਇਸ ਵਿੱਚ ਲਿਖਿਆ ਕਿ ਪਤਨੀ ਦਾ ਬੁੱਤ ਬਣਾਉਣ ਦੀ ਰੋਮਨ ਪਰੰਪਰਾ ਵਿੱਚ ਨੂੰ ਵਾਪਸ ਲਿਆਂਦਾ ਹੈ। ਨਾਲ ਹੀ ਮਾਰਕ ਨੇ ਇਸ ਬੁੱਤ ਨੂੰ ਨਿਯੋਗ ਸਥਿਤ ਮੂਰਤੀਕਾਰ डानियल अर्शम ਨੂੰ સોਪਿਆ ਮੂਰਤੀਗਾਰ अर्शਮ ਨੇ ਟਿਫਨੀ ਹਰੇ ਪਟੀਨਾ ਨਾਲ ਕਾਂਸੀ ਵਿੱਚ ਪ੍ਰਿਸੀਲਾ ਚੈਂਡ ਦਾ ਬੁੱਤ ਬਣਾਇਆ ਮਾਰਕ ਜ਼ੁਕਰਬਰਗ ਅਤੇ ਪ੍ਰਿਸੀਲਾ ਦੇ ਵਿਆਹ ਨੂੰ 12 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਉਹਨਾਂ ਦੀਆਂ ਤਿੰਨ ਧੀਆਂ ਹਨ ਜਿਨ੍ਹਾਂ ਦੇ ਨਾਂ ਮੈਕਸੀਮਾ ਅਗਸਟ ਅਤੇ ਐਰੋਲਿਆ ਹੈ ਰੂਸਿਸ ਦਾ ਉਪ ਵਿਦੇਸ਼ ਮੰਤਰੀ ਆਂਦ੍ਰੇ ਫੈਡੋਰ ਫੈਡੋਰੋਵ ਨੇ ਇੱਕ ਸਰਕਾਰੀ ਟੈਲੀਵਿਜ਼ਨ ਟਾਕ ਸ਼ੋਅ ਤੇ ਕਿਹਾ ਕਿ ਸੁੱਧਜਾ ਤੇ ਯੂਕਰੇਨ ਦਾ ਕੰਟਰੋਲ ਰੂਸ ਤੋਂ ਜ਼ਿਆਦਾ ਯੂਰਪ ਨੂੰ ਨੁਕਸਾਨ ਪਹੁੰਚਾਏਗਾ ਹੰਗਰੀ ਅਤੇ ਸਲੋਵਾਕੀਆ ਨੂੰ ਗੈਸ ਦੀ ਸਪਲਾਈ ਟੱਪ ਹੋ ਜਾਵੇਗੀ ਹਾਲਾਂਕਿ ਉਹਨਾਂ ਨੇ ਕਿਹਾ ਕਿ ਹੁਣ ਤੱਕ ਗੈਸ ਦੇ ਵਹਾਅ ਵਿੱਚ ਕੋਈ ਰੁਕਾਵਟ ਨਹੀਂ ਆਈ ਹੈ ਯੂਕਰੇਨ ਦੇ ਫੌਜੀ ਮੁਖੀ 올ੇਗ ਸੈਂਡਰ ਸਿਰਸਕੀ ਮੁਤਾਬਕ ਯੂਕਰੇਨ ਨੇ ਰੂਸ ਤੋਂ 1150 ਵਰਗ ਕਿਲੋਮੀਟਰ ਦਾ ਇਲਾਕਾ ਖੋ ਲਿਆ ਹੈ ਯੂਕਰੇਨ ਨੇ 6 ਅਗਸਤ ਨੂੰ ਰੂਸ ਦੇ ਕੁਰਸ਼ਕ ਇਲਾਕੇ ਤੇ ਹਮਲਾ ਕੀਤਾ ਸੀ ਨਿਯੋਗ ਟਾਈਮਜ਼ ਮੁਤਾਬਕ ਦੂਜੇ ਵਿਸ਼ੇਸ਼ ਯੁੱਧ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਦੇਸ਼ ਨੇ ਰੂਸ ਦੀ ਸਰਹੱਦ ਵਿੱਚ ਗੁਸਪੈਡ ਕੀਤੀ ਹੈ ਇਸ ਤੋਂ ਪਹਿਲਾਂ ਹਿਟਲਰ ਨੇ ਰੂਸ ਤੇ ਹਮਲਾ ਕਰਕੇ ਇੰਨੇ ਵੱਡੇ ਖੇਤਰ ਤੇ ਕਬਜ਼ਾ ਕਰ ਲਿਆ ਸੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਨੇ ਰੂਸ ਦੇ ਸੁਦਜਾ ਸ਼ਹਿਰ ਤੇ ਕਬਜ਼ਾ ਕਰ ਲਿਆ ਹੈ ਯੂਕਰੇਨ ਦੀ ਫੌਜ ਰੂਸ ਵਿੱਚ 35 ਕਿਲੋਮੀਟਰ ਡੂੰਘਾਈ ਵਿੱਚ ਕੁਸ ਗਈ ਹੈ ਜ਼ੇਲੈਂਸਕੀ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਯੂਕਰੇਨੀ ਫੌਜੀ ਕਮਾਂਡਡ ਦਾ ਕੇਂਦਰ ਹੁਣ ਸੁਦਜਾ ਵਿੱਚ ਖੁੱਲ ਗਿਆ ਹੈ ਉਹਨਾਂ ਨੇ ਕਿਹਾ ਯੂਕਰੇਨ ਦੀ ਫੌਜ ਨੇ ਪਿਛਲੇ 10 ਦਿਨਾਂ ਚ ਰੂਸ ਦੇ 82 ਪਿੰਡਾਂ ਸਰਹੱਦਾਂ ਤੇ ਕਬਜ਼ਾ ਕਰ ਲਿਆ ਹੈ ਤਾਲੀਬਾਨ ਨੇ ਪਾਬੰਦੀਆਂ ਦੇ ਜ਼ਰੀਏ ਜਾਣਬੂਝ ਕੇ ਅਫਗਾਨਿਸਤਾਨ ਦੀਆਂ 1 ਲੱਖ 4000 ਲੜਕੀਆਂ ਨੂੰ ਸਕੂਲ ਜਾਣ ਤੋਂ ਵਾਂਝਾ ਰੱਖਿਆ ਹੈ ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ ਅਫਗਾਨਿਸਤਾਨ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿੱਥੇ ਔਰਤਾਂ ਨੂੰ ਸਕੈਂਡਰੀ ਅਤੇ ਹਾਇਰ ਸਕੈਂਡਰੀ ਸਿੱਖਿਆ ਹਾਸਲ ਕਰਨ ਤੇ ਪਾਬੰਦੀ ਹੈ ਸਾਲ 2021 ਵਿੱਚ ਸੱਤਾ ਸੰਭਾਲਣ ਵਾਲੇ 탈리반 ਨੇ ਲੜਕੀਆਂ ਦੇ 6ਵੀਂ ਜਮਾਤ ਤੋਂ ਬਾਅਦ ਦੀ ਪੜ੍ਹਾਈ ਤੇ ਪਾਬੰਦੀ ਲਗਾ ਦਿੱਤੀ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਸ਼ਰੀਆ ਜਾਂ ਇਸਲਾਮੀ ਕਾਨੂੰਨ ਦੀ ਵਿਆਖਿਆ ਦੇ ਅਨੁਸਾਰ ਨਹੀਂ ਹੈ ਯੂਨੈਸਕੋ ਨੇ ਕਿਹਾ ਕਿ 탈리반 ਨੇ ਸੱਤਾ ਵਿੱਚ ਆਉਣ ਤੋਂ ਬਾਅਦ ਜਾਣਬੁੱਝ ਕੇ ਕਟੋ-ਗਾਟ 1,04,000 ਲੜਕੀਆਂ ਨੂੰ ਸੈਕੰਡਰੀ ਸਿੱਖਿਆ ਤੋਂ ਵਾਂਝਾ ਰੱਖਿਆ ਯੂਨੈਸਕੋ ਦੇ ਅਨੁਸਾਰ ਅਪ੍ਰੈਲ 2023 ਵਿੱਚ ਆਖਰੀ ਗਿਣਤੀ ਤੋਂ ਬਾਅਦ ਇਸ ਵਿੱਚ 3 ਲੱਖ ਦਾ ਵਾਧਾ ਹੋਇਆ ਯੂਨੈਸਕੋ ਨੇ ਕਿਹਾ ਜੇਕਰ ਅਸੀਂ ਉਹਨਾਂ ਲੜਕੀਆਂ ਨੂੰ ਸ਼ਾਮਲ ਕਰੀਏ ਜੋ ਪਾਬੰਦੀ ਦੇ ਲਾਗੂ ਹੋਣ ਤੋਂ ਪਹਿਲਾਂ ਸਕੂਲ ਨਹੀਂ ਜਾ ਰਹੀਆਂ ਸਨ ਤਾਂ ਦੇਸ਼ ਦੀਆਂ ਲਗਭਗ 2 ਲੱਖ 5000 ਲੜਕੀਆਂ ਨੂੰ ਸਿੱਖਿਆ ਦੇ ਅਧਿਕਾਰ ਤੋਂ ਵੰਜਿਆ ਹਨ ਇਸ ਅਨੁਸਾਰ ਅਫਗਾਨਿਸਤਾਨ ਦੇ ਵਿੱਚ 80% ਲੜਕੀਆਂ ਸਿੱਖਿਆ ਤੋਂ ਦੂਰ ਹਨ ਤਾਲੀਬਾਨ ਵੱਲੋਂ ਇਸ ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਪਾਕਿਸਤਾਨ ਦਾ ਸੁਤੰਤਰਤਾ ਦਿਵਸ 14 ਅਗਸਤ ਨੂੰ ਉਤਮਤਾਮ ਦੇ ਨਾਲ ਮਨਾਇਆ ਗਿਆ ਦੇਸ਼ ਭਰ ਚ ਵੱਡੇ ਵੱਡੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਪਰ ਖੈਬਰ ਦੇ ਵਜ਼ੀਰਿਸਤਾਨ ਤੋਂ ਆਈਆਂ ਤਸਵੀਰਾਂ ਪਾਕਿਸਤਾਨ ਦੀ ਸਰਕਾਰ ਅਤੇ ਨੇਤਾਵਾਂ ਨੂੰ ਹਿਲਾ ਦੇਣ ਵਾਲੀਆਂ ਹਨ ਖੈਬਰ ਪਖਤੂਨ ਖਵਾ ਦੇ ਵਜ਼ੀਰਿਸਤਾਨ ਚ ਸਥਾਨਕ ਬੱਚਿਆਂ ਨੇ ਆਜ਼ਾਦੀ ਦਿਵਸ ਤੇ ਪਾਕਿਸਤਾਨ ਚੰੰਡਾ ਲਹਿਰਾ ਰਹੇ ਲੋਕਾਂ ਦਾ ਹਮਲਾ ਕੀਤਾ ਅਤੇ ਚੰਡੇ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਹੈ ਇਜ਼ਹਰਾਨ ਉਹਨਾਂ ਨੇ ਕਾਲੇ ਚੰਡੇ ਵੀ ਦਿਖਾਏ ਜੋ ਉਹਨਾਂ ਦੇ ਰੋਸ ਦਾ ਪ੍ਰਤੀਕ ਸਨ ਸੋਸ਼ਲ ਮੀਡੀਆ ਪਲੇਟਫਾਰਮ ਦੇ ਸ਼ੇਅਰ ਕੀਤੇ ਗਏ ਵੀਡੀਓ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਕਾਰ ਚ ਪਾਕਿਸਤਾਨ ਦਾ ਝੰਡਾ ਲਹਿਰਾ ਰਹੇ ਹਨ ਇਸ ਰਾਨੀ ਇਲਾਕੇ ਦੇ ਕੁਝ ਬੱਚਿਆਂ ਨੇ ਕਾਰ ਨੂੰ ਕੇਰ ਲਿਆ ਕਾਲੇ ਝੰਡੇ ਦਿਖਾਏ ਅਤੇ ਪਾਕਿਸਤਾਨ ਝੰਡੇ ਨੂੰ ਖਿੱਚਣ ਅਤੇ ਪਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਇਸ ਘਟਨਾ ਇਹ ਘਟਨਾ ਜੋ ਹੈ ਵਜ਼ੀਰਸਤਾਨ ਵਿੱਚ ਵਾਪਰੀ ਹੈ ਵੀਡੀਓ ਸ਼ੇਅਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਪਸ਼ਤੂਨ ਪਾਕਿਸਤਾਨ ਫੌਜ ਦੇ ਅਤਿਆਚਾਰ ਤੋਂ ਪ੍ਰੇਸ਼ਾਨ ਹਨ ਅਤੇ ਆਜ਼ਾਦੀ ਦਿਵਸ ਤੇ ਰੋਜ਼ ਪ੍ਰਗਟ ਕਰ ਰਹੇ ਹਨ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਖਾਲੀਦਾ ਜ਼ਿਆਦੀ ਪਾਰਟੀ ਨੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਅਤੇ ਹਾਲ ਹੀ ਵਿੱਚ ਹੋਈ ਹਿੰਸਾ ਲਈ بےਦਖਲ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਅਤੇ ਉਹਨਾਂ ਦੇ ਨੇੜਲੇ ਲੋਕਾਂ ਦੀ ਗ੍ਰਿਫਤਾਰੀ ਅਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ। ਹਸੀਨਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਆਪਣੀ ਸਰਕਾਰ ਦੇ ਖਿਲਾਫ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ 5 ਅਗਸਤ ਨੂੰ ਦੇਸ਼ ਛੱਡ ਦਿੱਤਾ ਸੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਡਾਕਾ ਮੈਟਰੋਪੋਲੀਟਨ ਇਕਾਈ ਦੀ ਵਰਕਰ ਅਤੇ ਸਮਰਥਕ ਆਪਣੀਆਂ ਮੰਗਾਂ ਨੂੰ ਲੈ ਕੇ ਬੈਤੂਲ ਮੁਕਰਮ ਨੈਸ਼ਨਲ ਮਸਜਿਦ ਦੇ ਤਕਨੀ ਗੇਟ ਹਸੀਨਾ ਦੀ ਪਾਰਟੀ ਆਵਾਮੀ ਲੀਗ ਦੇ ਦਫ਼ਤਰਾਂ ਦੇ ਸਾਹਮਣੇ ਤੇ ਸੈਂਟਰਲ ਮিনার ਤੇ ਇਕੱਠੇ ਹੋਏ ਬੰਗਲਾਦੇਸ਼ ਵਿੱਚ 5 ਅਗਸਤ ਨੂੰ ਹਸੀਨਾ ਸਰਕਾਰ ਡਿੱਗਣ ਤੋਂ ਬਾਅਦ ਦੇਸ਼ ਭਰ ਵਿੱਚ ਹਿੰਸਕ ਘਟਨਾਵਾਂ ਵਿੱਚ 230 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ ਜਿਸ ਦੇ ਨਾਲ ਹੀ 3 ਹਫ਼ਤੇ ਤੱਕ ਹੋਈ ਇਸਾ ਦੌਰਾਨ ਮਰਨ ਵਾਲਿਆਂ ਦੀ ਗਿਣਤੀ 500 ਹੋ ਚੁੱਕੀ ਹੈ ਬੀਐਨਪੀ ਡਾਕਾ ਸਿਟੀ ਸਾਊਥ ਦੇ ਕਨਵੀਨਰ ਰਫੀਕੁਲ ਇਸਲਾਮ ਮਜਨੂ ਨੇ ਵੀਰਵਾ ਨੂੰ ਬੈਤੂਲ ਮੁਕਰਮ ਵਿਖੇ ਪ੍ਰਦਰਸ਼ਨ ਦੀ ਅਗਵਾਈ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਲਈ ਇੱਕ ਪ੍ਰੋਗਰਾਮ ਦਾ ਐਲਾਨ ਕੀਤਾ ਹੈ ताइवान ਦੇ ਪੂਰਬੀ ਸ਼ਹਿਰ ਹੋਲਿਅਨ ਤੋਂ 34 ਕਿਲੋਮੀਟਰ ਦੂਰ 6.3 ਦੀ ਤੀਬਰਤਾ ਦਾ ਪੁਚਾਲ ਆਇਆ ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪੁਚਾਲ ਦਾ ਕੇਂਦਰ ਜ਼ਮੀਨ ਤੋਂ 9.7 ਕਿਲੋਮੀਟਰ ਹੇਠਾਂ ਸੀ ਮੌਸਮ ਵਿਭਾਗ ਨੇ ਕਿਹਾ ਕਿ ਇੱਕ ਦਿਨ ਦੇ ਅੰਦਰ ਟਾਪੂ ਤੇ ਇਹ ਦੂਜਾ ਵੱਡਾ ਪੁਚਾਲ ਹੈ 15 ਅਗਸਤ ਨੂੰ ਉੱਤਰ ਪੂਰਬੀ ਤਾਈਵਾਨ ਵਿੱਚ 5.4 ਦੀ ਤੀਬਰਤਾ ਦੇ ਪੁਚਾਲ ਨੇ ਤਾਈਪੇ ਵਿੱਚ ਇਮਾਰਤਾਂ ਨੂੰ ਈਲਾ ਦਿੱਤਾ ਪਰ ਕੋਈ ਵੱਡਾ ਨੁਕਸਾਨ ਨਹੀਂ ਹੋਇਆ 3 ਅਪ੍ਰੈਲ ਨੂੰ ਤਾਈਵਾਨ ਦੇ ਹੋਲਿਨ ਚ 7.5 ਦੀ ਤੀਬਰਤਾ ਦਾ ਪੁਚਾਲ ਆਇਆ ਸੀ ਜਿਸ ਚ ਕਰੀਬ 14 ਲੋਕਾਂ ਦੀ ਮੌਤ ਹੋ ਗਈ ਸੀ ਇਸ ਦਾ ਕੇਂਦਰ ਧਰਤੀ ਤੋਂ 34 ਕਿਲੋਮੀਟਰ ਹੇਠਾਂ ਸੀ ਇਸ ਤੋਂ ਬਾਅਦ 7 April ਨੂੰ ਤਾਈਵਾਨ 'ਚ ਇੱਕ ਹੋਰ ਪੁਚਾਲ ਆਇਆ ਦੇਸ਼ ਦੇ ਪੂਰਬੀ ਤੱਟ ਤੇ ਸ਼ਾਮ 5 ਵਜੇ ਤੋਂ 12 ਦਰਮਿਆਨੀ ਰਾਤ ਅਸੀਂ ਤੋਂ ਵੱਧ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਤੀਬਰਤਾ 6.3 ਅਤੇ 6 ਦਰਜ ਕੀਤੀ ਗਈ। ਇਹ ਸਾਜੀ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੌਂਵੇਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮਿਲ ਯੂਐਸਏ ਟੀਵੀ ਦੇ ਨਾਲ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।